ਭੂਆ ਆਪਣੇ ਭਤੀਜੇ ਭਤੀਜਿਆਂ ਲਈ ਜ਼ਮੀਨ ਦਾ ਹਿੱਸਾ ਛੱਡ ਦਿੰਦੀਆਂ। ਰਿਸ਼ਤੇ ਹਰ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਅਹਿਮ ਹੁੰਦੇ ਨੇ। ਜਦੋਂ ਇੱਕ ਬੱਚੇ ਦਾ ਜਨਮ ਹੁੰਦਾ ਹੈ ਤੇ ਉਹਦੇ ਨਾਲ ਹੀ ਕਈ ਰਿਸ਼ਤੇ ਸੰਯੋਗ ਵਸ਼ ਜੁੜ ਜਾਂਦੇ ਨੇ, ਜਿਵੇਂ ਕਿ ਭੈਣ ਭਰਾ ਦਾ ਰਿਸ਼ਤਾ, ਮਾਤਾ ਪਿਤਾ ਦਾ ਰਿਸ਼ਤਾ, ਮਾਸੀ ਦਾ ਰਿਸ਼ਤਾ, ਦਾਦਾ ਦਾਦੀ ਦਾ ਰਿਸ਼ਤਾ। ਪਰ ਇਹਨਾਂ ਰਿਸ਼ਤਿਆਂ ਦੇ ਵਿੱਚੋਂ ਹੀ ਇੱਕ ਅਨਮੋਲ ਰਿਸ਼ਤਾ ਹੁੰਦਾ ਹੈ, ਭੂਆ ਦਾ ਰਿਸ਼ਤਾ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਮੋਨਿਕਾ ਪਾਠਕ ਅਤੇ ਤੁਸੀਂ ਦੇਖ ਰਹੇ ਹੋ ਸਾਡਾ ਵੀਡੀਓ ਬਲੌਗ ਮਾਣੋ ਬਿੱਲੀ। ਭੂਆ, ਅੱਜ ਵੀ ਸਾਡੇ ਸਮਾਜ ਦੇ ਵਿੱਚ ਭੂਆ ਦੀ ਪਰਿਭਾਸ਼ਾ ਇਹ ਹੀ ਦਿੱਤੀ ਜਾਂਦੀ ਹੈ ਕਿ ਭੂਆ ਆਪਣੇ ਪੇਕਿਆਂ ਦੇ ਘਰ ਵਿੱਚ ਦਖਲ ਦਿੰਦੀ ਹੈ, ਪੇਕਿਆਂ ਦੇ ਘਰ ਦੇ ਵਿੱਚ ਆ ਕੇ ਰੋਕ ਟੋਕ ਕਰਦੀ ਹੈ। ਇਹ ਉਹੀ ਪੇਕਿਆਂ ਦਾ ਘਰ ਹੁੰਦਾ ਹੈ ਜਿੱਥੇ ਭੂਆ ਨੇ ਜਨਮ ਲਿਆ ਹੁੰਦਾ, ਜਿਸ ਘਰ ਨੂੰ ਉਹ ਆਪਣੇ ਹੱਥਾਂ ਨਾਲ ਸਜਾਉਂਦੀ ਹੈ। ਵਿਆਹ ਤੋਂ ਬਾਅਦ ਉਹੀ ਭੂਆ ਬਦਲ ਜਾਂਦੀ ਹੈ, ਉਸਦਾ ਆਪਣੇ ਪੇਕਿਆਂ ਦੇ ਘਰ 'ਤੇ ਅਧਿਕਾਰ ਜਾਂ ਹੱਕ ਖਤਮ ਹੋ ਜਾਂਦਾ। ਇਹ ਉਹੀ ਭੂਆ ਹੁੰਦੀ ਹੈ ਜਦੋਂ ਇਹਨੂੰ ਕਿਤੇ ਪਤਾ ਲੱਗਦਾ ਕਿ ਇਸਦੇ ਭਤੀਜਾ ਜਾਂ ਭਤੀਜੀ ਹੋਏ ਆ, ਲੋਕਾਂ ਨੂੰ ਗਲੀ ਗਲੀ ਵਿੱਚ ਜਾ ਕੇ ਪਰਾਤਾਂ ਨਾਲ ਖੜਕਾ ਖੜਕਾ ਕੇ ਦੱਸਦੀ ਹੈ ਕਿ ਮੇਰੇ ਭਤੀਜਾ ਭਤੀਜੀ ਹੋਏ ਆ, ਲੋਕਾਂ ਦੇ ਵਿੱਚ ਆਪਣੀ ਖੁਸ਼ੀ ਵੰਡਦੀ ਹੈ। ਉਹੀ ਭੂਆ ਜਦੋਂ ਆਪਣੇ ਭਤੀਜੇ ਭਤੀਜੇ ਨੂੰ ਕੋਈ ਮਾੜਾ ਕੰਮ ਜਾਂ ਗਲਤ ਕੰਮ ਕਰਨ ਤੋਂ ਰੋਕਦੀ ਹੈ ਤਾਂ ਉਹ ਭੂਆ ਮਾੜੀ ਹੋ ਜਾਂਦੀ ਹੈ। ਕਿਹਾ ਜਾਂਦਾ ਕਿ ਇਹ ਦਖਲ ਅੰਦਾਜ਼ੀ ਕਰਦੀ। ਜਦੋਂ ਭੂਆ ਆਪਣੇ ਪੇਕਿਆਂ ਦੇ ਪਰਿਵਾਰ ਦੇ ਵਿੱਚ ਖੁਸ਼ੀ ਖੁਸ਼ੀ ਆਉਂਦੀ ਆ, ਆਪਣੇ ਬੱਚਿਆਂ ਦੇ ਨਾਲ ਆਉਂਦੀ ਆ, ਅਤੇ ਭਰਜਾਈਆਂ ਨੂੰ ਵੀ ਉਹ ਸੂਹੇ ਲਾਲ ਰੰਗ ਵਾਂਗ ਅੱਖਾਂ ਵਿੱਚ ਰੜਕਣ ਲੱਗ ਪੈਂਦੀ। ਬੜਾ ਚਾਅ ਹੁੰਦਾ ਰੱਖੜੀ ਦੇ ਤਿਉਹਾਰ ਦਾ, ਕਿਉਂ ਉਹਨਾਂ ਨੂੰ ਇਹ ਹੁੰਦਾ ਅਸੀਂ ਤਿਉਹਾਰਾਂ ਦੇ ਬਹਾਨੇ ਆਪਣੇ ਘਰ ਜਾਣਾ, ਆਪਣੇ ਉਸ ਪਰਿਵਾਰ ਦੇ ਵਿੱਚ ਜਾਣਾ ਜਿੱਥੇ ਅਸੀਂ ਜੰਮੀਆਂ ਪਲੀਆਂ, ਜਿਸ ਘਰ ਨੂੰ ਸਜਾਇਆ। ਹਮੇਸ਼ਾ ਭੂਆ ਆਪਣੇ ਪੇਕਿਆਂ ਦੇ ਪਰਿਵਾਰ ਦੀ ਸੁੱਖ ਮੰਗਦੀਆਂ। ਆਪਣੇ ਘਰ ਜਿੰਨੀ ਮਰਜ਼ੀ ਸੁਖੀ ਹੋਵੇ, ਪਰ ਜੇ ਉਹਨੂੰ ਪਤਾ ਵੀ ਲੱਗ ਜਾਵੇ ਨਾ ਕਿ ਉਸਦਾ ਭਰਾ ਦੁਖੀ ਆ, ਤਾਂ ਉਸਦੇ ਗਲੇ 'ਚੋਂ ਨਿਵਾਲਾ ਨਹੀਂ ਨੀਚੇ ਉੱਤਰਦਾ। ਉਹੀ ਭੂਆ ਹੁੰਦੀ ਆ ਜਦੋਂ ਉਹਨੂੰ ਪਤਾ ਲੱਗੇ ਕਿ ਉਸਦੇ ਪੇਕਿਆਂ ਦੇ ਪਰਿਵਾਰ ਦੇ ਉੱਤੇ ਕੋਈ ਮੁਸੀਬਤ ਪਈ ਹੋਈ ਆ, ਤਾਂ ਉਹ ਚੈਨ ਦੀ ਨੀਂਦ ਨਹੀਂ ਸੌ ਸਕਦੀ। ਹਮੇਸ਼ਾ ਰੱਬ ਦੇ ਕੋਲੋਂ ਆਪਣੇ ਪੇਕਿਆਂ ਦੇ ਪਰਿਵਾਰ ਦੀ ਖੈਰ ਹੀ ਮੰਗਦੀ ਆ। ਪਰ ਇਸ ਤਰ੍ਹਾਂ ਵੀ ਹੁੰਦਾ ਆ ਕਿ ਕਿਹਾ ਜਾਂਦਾ ਭੂਆ ਚੰਗੀਆਂ ਨਹੀਂ ਹੁੰਦੀਆਂ, ਪੇਕਿਆਂ ਦੇ ਘਰਾਂ ਦੇ ਵਿੱਚੋਂ ਆਪਣਾ ਹਿੱਸਾ ਮੰਗਦੀਆਂ। ਪਰ ਕਈ ਇੱਦਾਂ ਦੇ ਹੁੰਦੇ ਆ ਜੋ ਉਹਨਾਂ ਨੂੰ ਇਹ ਕੰਮ ਕਰਨ ਲਈ ਮਜਬੂਰ ਕਰਦੇ ਆ, ਕਿਉਂਕਿ ਉਹਨਾਂ ਦਾ ਮਨ ਹੁੰਦਾ ਕਿ ਅਸੀਂ ਵੀ ਕਿਸੇ ਨਾ ਕਿਸੇ ਬਹਾਨੇ ਆਪਣੇ ਪੇਕੇ ਘਰ ਆ ਕੇ ਰਹੀਏ, ਉੱਥੇ ਜਾ ਕੇ ਆਪਣੀਆਂ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰੀਏ, ਆਪਣੇ ਭਰਾਵਾਂ ਨੂੰ ਮਿਲੀਏ। ਪਰ ਜਦੋਂ ਭਰਾ ਹੀ ਬਦਲ ਜਾਂਦੇ ਆ ਤਾਂ ਫਿਰ ਉਹਨਾਂ ਨੂੰ ਵੀ ਬਦਲਣ ਲਈ ਮਜਬੂਰ ਹੋਣਾ ਪੈਂਦਾ। ਇੱਕ ਧੀ ਕਦੇ ਨਹੀਂ ਚਾਹੁੰਦੀ ਕਿ ਉਹ ਆਪਣੇ ਬਾਬੂ ਦਾ ਘਰ ਬਣੇ, ਮਜਬੂਰੀਆਂ ਵਸ਼ ਉਸਨੂੰ ਬਹੁਤ ਕੁਛ ਕਰਨਾ ਪੈਂਦਾ। ਜਦੋਂ ਭੂਆ ਉਦਾਂ ਵੀ ਕਿਤੇ ਘਰ ਵਿੱਚ ਆ ਜਾਵੇ ਨਾ ਜਿੱਥੇ ਪਿਆਰ ਹੋਵੇ, ਉਹ ਘਰ ਤਿਉਹਾਰ ਤੋਂ ਘੱਟ ਨਹੀਂ ਲੱਗਦਾ। ਹਾਂਜੀ ਦੋਸਤੋ, ਤੁਹਾਨੂੰ ਸਾਡੀ ਇਹ ਵੀਡੀਓ ਕਿਸ ਤਰ੍ਹਾਂ ਦੀ ਲੱਗੀ? ਆਪਣੇ ਕੀਮਤੀ ਸੁਝਾਅ ਸਾਨੂੰ ਕਮੈਂਟਾਂ ਰਾਹੀਂ ਜ਼ਰੂਰ ਦੱਸਣਾ। ਅਤੇ ਜਿਹੜੇ ਦੋਸਤ ਮੇਰੀ ਇਸ ਵੀਡੀਓ ਨੂੰ ਦੇਖ ਕੇ ਆਪਣੀ ਭੂਆ ਨੂੰ ਯਾਦ ਕਰ ਰਹੇ ਨੇ, ਉਹ ਆਪਣੇ ਭੂਆ ਨੂੰ ਇਹ ਵੀਡੀਓ ਜ਼ਰੂਰ ਭੇਜੋ, ਤਾਂ ਆਪਣੇ ਪਿਆਰ ਦਾ ਇਜ਼ਹਾਰ ਵੀ ਉਹਨਾਂ ਨਾਲ ਕਰੋ। ਜਲਦ ਹੀ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ, ਜੁੜੇ ਰਹੋ ਮੇਰੇ ਚੈਨਲ PV07 ਦੇ ਨਾਲ। ਧੰਨਵਾਦ।